ਵੈਲਕਮ ਪਿਆਰੇ ਨਾਜ਼ਰੀਨ, ਇੱਕ ਨਈ ਪੰਜਾਬੀ ਵੀਡੀਓ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵੀਡੀਓ 'ਚ ਅਸੀਂ ਮੁਕੰਮਲ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਲ 1976 ਵਿੱਚ ਈਦ ਉਲ ਫਿਤਰ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਜੱਗਾ ਗੁੱਜਰ। ਇਸ ਫਿਲਮ ਨੂੰ ਬੁੱਢਾ ਗੁੱਜਰ ਪ੍ਰੋਡਕਸ਼ਨ ਦੇ ਬੈਨਰ ਤਲੇ ਤਿਆਰ ਕੀਤਾ ਗਿਆ ਅਤੇ ਇਸ ਫਿਲਮ ਨੂੰ ਹਾਜੀ ਮੁਹੱਬਤ ਅਲੀ ਨੇ ਪੇਸ਼ ਕੀਤਾ ਅਤੇ ਇਸ ਫਿਲਮ ਦੇ ਹਦਾਇਤਕਾਰ ਕੈਫੀ ਅਤੇ ਇਸ ਫਿਲਮ ਦੇ ਫਿਲਮ ਸਾਜ਼ ਚੌਧਰੀ ਮਿਰਾਜਦੀਨ ਅਤੇ ਫਿਲਮ ਦੀ ਕਹਾਣੀ ਨਾਸਰ ਅਦੀਬ ਸਾਹਿਬ ਨੇ ਲਿਖੀ। ਮਿਊਜ਼ਿਕ ਦੀ ਗੱਲ ਕੀਤੀ ਜਾਏ ਤਾਂ ਇਸ ਫਿਲਮ ਦਾ ਮਿਊਜ਼ਿਕ ਬਖਸ਼ੀ ਵਜ਼ੀਰ ਨੇ ਤਰਤੀਬ ਦਿੱਤਾ ਅਤੇ ਵਾਰਸ ਲੁਧਿਆਨਵੀ ਦੇ ਲਿਖੇ ਹੋਏ ਗੀਤ ਸ਼ਾਮਿਲ ਕੀਤੇ ਗਏ। ਇਸ ਫਿਲਮ ਦੀ ਅਕਸਬੰਦੀ ਦਾ ਸਾਰਾ ਕੰਮ ਐਮ ਲਤੀਫ ਨੇ ਮੁਕੰਮਲ ਕੀਤਾ। ਇਸ ਫਿਲਮ ਦੇ ਵਿੱਚ ਮੈਡਮ ਨੂਰ ਜਹਾਂ, ਨਹੀਦ ਅਖਤਰ ਅਤੇ ਅਨਾਇਤ ਹੁਸੈਨ ਭੱਟੀ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਸ਼ਾਮਿਲ ਕੀਤੇ ਗਏ। ਹੁਣ ਜ਼ਿਕਰ ਕਰਾਂਗੇ ਇਸ ਫਿਲਮ ਦੇ ਵਿੱਚ ਜਿਹੜੇ ਖੂਬਸੂਰਤ ਚਿਹਰੇ ਸ਼ਾਮਿਲ ਕੀਤੇ ਗਏ। ਇਹਨਾਂ ਦੇ ਵਿੱਚ ਆਸੀਆ, ਸੁਲਤਾਨ ਰਾਹੀ, ਗਜ਼ਾਲਾ, ਕੈਫੀ, ਅਨਾਇਤ ਹੁਸੈਨ ਭੱਟੀ, ਬਹਾਰ ਬੇਗਮ, ਨੰਨਾ, ਸਾਵਨ, ਇਲਿਆਸ ਕਸ਼ਮੀਰੀ, ਜੱਗੀ ਮਲਕ, ਅਲਤਾਫ ਖਾਨ, ਮਨਵਰ ਸਈਦ, ਅਫਜ਼ਾਲ ਅਹਿਮਦ, ਅਸਦ ਬੁਖਾਰੀ, ਅਦੀਬ, ਇਮਦਾਦ ਹੁਸੈਨ, ਬਾਦਲ, ਨਾਸਿਰ, ਇਕਬਾਲ ਦੁਰਾਨੀ ਇਸ ਫਿਲਮ ਦੇ ਵਿੱਚ ਸ਼ਾਮਿਲ ਹੋਏ। ਪੰਜਾਬੀ ਫਿਲਮ ਜੱਗਾ ਗੁੱਜਰ ਦੇ ਵਿੱਚ ਨਾਜ਼ਰੀਨ ਟੋਟਲ 7 ਗੀਤ ਸ਼ਾਮਿਲ ਕੀਤੇ ਗਏ। ਇਸ ਫਿਲਮ ਦੇ ਸਾਰੇ ਗੀਤ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ। ਇਸ ਫਿਲਮ ਦੀ ਰਿਲੀਜ਼ਿੰਗ ਦੀ ਗੱਲ ਕਰੀਏ ਤਾਂ ਇਹ ਫਿਲਮ 26 ਸਤੰਬਰ 1976 ਈਦ ਦੇ ਮੌਕੇ 'ਤੇ ਰਿਲੀਜ਼ ਕੀਤੀ ਗਈ। ਹਦਾਇਤਕਾਰ ਕੈਫੀ ਸਾਹਿਬ ਦੀ ਡਾਇਮੰਡ ਜੁਬਲੀ ਫਿਲਮ ਜੱਗਾ ਗੁੱਜਰ ਦੇ ਬਾਰੇ 'ਚ ਬਣਾਈ ਗਈ ਵੀਡੀਓ ਅੱਛੀ ਲੱਗੀ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸ਼ੁਕਰੀਆ।